ਕੱਲ ਜੋ ਕਲਕੱਤਾ ਪੁਲਿਸ ਵੱਲੋਂ ਸਰਦਾਰ ਬਲਵਿੰਦਰ ਸਿੰਘ ਜੀ ਨਾਲ ਕੁੱਟਮਾਰ ਕੀਤੀ ਗਈ ਉਹਨਾਂ ਦੀ ਦਸਤਾਰ ਉਤਾਰੀ ਗਈ ਉਹਨਾਂ ਦੀ ਕੇਸਾਂ ਦੀ ਬੇਅਦਬੀ ਕੀਤੀ ਗਈ ਇਸ ਦੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੜੇ ਸ਼ਬਦਾਂ ਚ ਨਿੰਦਾ ਕਰਦੀ ਹੈ ਬੜੀ ਸ਼ਰਮਨਾਕ ਘਟਨਾ ਹੈ ਮੈਂ ਮਮਤਾ ਬਿਨਰਜੀ ਜੀ ਨੂੰ ਇਹ ਯਾਦ ਕਰਾਉਣਾ ਚਾਹੁੰਦਾ ਇਹ ਉਹ ਦਸਤਾਰ ਹੈ ਜੋ ਸਾਨੂੰ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਚਾਰ ਲਾਲ ਵਾਰ ਕੇ ਦਿੱਤੀ ਇਹ ਉਹੀ ਦਸਤਾਰ ਹੈ ਜਿਸ ਨੂੰ ਸਜਾ ਕੇ ਸ਼ਹੀਦ ਭਗਤ ਸਿੰਘ ਨੇ ਇਸ ਦੇਸ਼ ਵਾਸਤੇ ਆਪਣੀ ਸ਼ਹਾਦਤ ਦਿੱਤੀ ਇਹ ਉਹੀ ਦਸਤਾਰ ਹੈ ਜਿਸ ਨੂੰ ਸਿਫਟ ਸਜਾ ਕੇ ਜਰਨਲ ਜਗਜੀਤ ਸਿੰਘ अरोड़ा ਨੇ 90000 ਬੰਗਲਾਪਾਕਿਸਤਾਨ ਦੀ ਫੌਜ ਨੂੰ ਸੰਡਰ ਕਰਾਇਆ ਔਰ ਬੰਗਲਾਦੇਸ਼ ਬੜਵਾਇਆ ਇਸ ਦਸਤਾਰ ਦੀ ਜੋ ਉੱਥੋਂ ਦੀ ਪੁਲਿਸ ਨੇ ਬੰਗਾਲ ਦੀ ਪੁਲਿਸ ਨੇ ਇਹਦਾ ਨਰਾਦਰ ਕੀਤਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਮੈਂ ਮਮਤਾ ਬਿੰਦਰਜੀ ਜੀ ਨੂੰ ਇਹ ਬੇਨਤੀ ਕਰਦਾ ਹਾਂ ਕਿ 295ਏ ਦੇ ਤਹਿਤ ਮੁਕਦਮਾ ਦਰਜ ਕਰਕੇ ਉੱਥੋਂ ਦੀ ਪੁਲਿਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਸਰਦਾਰ ਬਲਵਿੰਦਰ ਸਿੰਘ ਜੀ ਨੂੰ ਇਨਸਾਫ ਦਵਾਇਆ ਜਾਵੇ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ